ਜਿੱਦਾਂ ਅਪਰੋਚ ਲੈ ਕੇ ਮੇਜਰ ਲੀਗ ਦੇ ਮੈਚ ਸ਼ੁਰੂ ਕੀਤੇ, ਪਹਿਲਾ ਸੀਜ਼ਨ ਲੰਘਿਆ, ਡਰੱਗ ਤੋਂ ਰਹਿਤ ਕਬੱਡੀ ਕਰਨ ਲਈ ਬਹੁਤ ਵੱਡੇ ਉਪਰਾਲੇ ਕੀਤੇ, ਉਸੇ ਲੈ ਤੇ ਜਿਹੜਾ ਆਪਣਾ ਅਗਲਾ ਸੀਜ਼ਨ ਆ ਅਤੇ ਜਦੋਂ ਸਾਰਾ ਓਪਨ ਹੋ ਜਾਊਗਾ ਅਤੇ ਚੰਗੇ ਢੰਗ ਨਾਲ ਮੈਚ ਕਰਵਾਏ ਜਾਣਗੇ। ਹਾਂ, ਦੇਖਿਆ ਜਾ ਰਿਹਾ ਕਿ ਅੰਦੋਲਨ ਲੰਬਾ ਸਮਾਂ ਜਾ ਸਕਦਾ ਅਤੇ ਖੇਡ ਮੈਨੂੰ ਖੇਡ ਆ ਜਿਹੜੀ ਉਸ ਨੂੰ ਵੀ ਇੰਨਾ ਲੰਬਾ ਸਮਾਂ ਨਹੀਂ ਰੋਕਿਆ ਜਾ ਸਕਦਾ। 3 ਮਹੀਨੇ ਆਪਾਂ ਸਾਰਿਆਂ ਨੂੰ ਉੱਥੇ ਆਪਣੀ ਹਿੱਸੇਦਾਰੀ ਪਾਉਂਦੇ ਨੂੰ ਹੋ ਗਿਆ ਅਤੇ ਹਰ ਇੱਕ ਨੇ, ਚਾਹੇ ਕੋਈ ਪੰਜਾਬੀ ਆ, ਚਾਹੇ ਕੋਈ ਖੇਡ ਨਾਲ ਜੁੜਿਆ, ਚਾਹੇ ਕੋਈ ਵਿਦੇਸ਼ਾਂ 'ਚ ਬੈਠਾ, ਤਨੋ ਮਨੋ ਧਨੋ ਅੰਦੋਲਨ ਨਾਲ ਜੁੜਿਓ ਆ। ਉਮੀਦ ਨਹੀਂ ਸੀ ਸਰਕਾਰ ਮਤਲਬ ਇੰਨੀ ਬੇਰੁਖੀ ਨਾਲ ਪੇਸ਼ ਆਵੇਗੀ, ਸਾਡੇ 500 ਦੇ ਗਰੀਬ ਸਾਡੇ ਜਿਹੜੇ ਸਾਥੀ ਉੱਥੇ ਸ਼ਹੀਦ ਹੋ ਚੁੱਕੇ ਆ। ਇਹ ਵੱਡੇ ਕਰਨੇ ਪੈਂਦੇ ਆ, ਜੇ ਲੜਾਈਆਂ ਲੜਨ ਜਾਣਾ ਪੈਂਦਾ ਤਾਂ ਪਿੱਛੇ ਘਰਦਿਆਂ ਨੂੰ ਦੱਸ ਕੇ ਜਾਣਾ ਪੈਂਦਾ ਵੀ ਆ ਵੀ ਸਕਦੇ ਅਤੇ ਨਹੀਂ ਵੀ, ਆਖਰੀ ਮੁਲਾਕਾਤ ਵੀ ਹੋ ਸਕਦੀ ਆ। ਹਰ ਇੱਕ ਦੇ ਵਿੱਚ ਉਹ ਮਾਦਾ ਨਹੀਂ ਹੁੰਦਾ, ਹਰ ਵਿੱਚ ਜਿਗਰਾ ਨਹੀਂ ਹੁੰਦਾ, ਹਰ ਫੌਜੀ ਨਹੀਂ ਬੰਦਾ ਬਣ ਸਕਦਾ, ਹਰ ਬੰਦਾ ਖਿਡਾਰੀ ਨਹੀਂ ਬਣ ਸਕਦਾ, ਅਤੇ ਵੱਡੀ ਗੱਲ ਸਭ ਤੋਂ ਹਰ ਇੱਕ ਬੰਦਾ ਇਨਸਾਨ ਨਹੀਂ ਬਣ ਸਕਦਾ। ਜਿਹੜਾ ਬੰਦਾ ਚੰਗਾ ਇਨਸਾਨ ਆ ਨਾ, ਉਹ ਇਸ ਚੀਜ਼ ਤੋਂ ਪਰੇ ਨਹੀਂ ਹੋ ਸਕਦਾ। ਅਤੇ ਉਹ ਸਰਕਾਰ ਜਿਹੜਾ ਹਰ ਹੱਥ ਕੰਡੇ ਅਪਣਾ ਰਹੀ ਆ ਅੰਦੋਲਨ ਨੂੰ ਮਲੀਨ ਕਰਨ ਦੇ ਲਈ, ਅੰਦੋਲਨ ਨੂੰ ਖਤਮ ਕਰਨ ਲਈ, ਬਜਾਏ ਇਸ ਦੇ ਜੇ ਸਰਕਾਰ ਸੁਹਿਰਦ ਢੰਗ ਦੇ ਨਾਲ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਉਹਨਾਂ ਨੂੰ ਪੇਸ਼ ਆਵੇ, ਉਹਨਾਂ ਜਾਇਜ਼ ਮੰਗਾਂ ਆ ਮੰਨੇ, ਵੱਡਾ ਦਿਲ ਦਿਖਾਵੇ ਸਰਕਾਰ। ਅਸੀਂ ਆਪਣੀ ਸਰਕਾਰ ਕੋਈ ਮੰਗ ਰਹੇ ਹਾਂ, ਕਿਸੇ ਦੂਜੇ ਮੁਲਕ ਦੇ ਕੋਲ ਤਾਂ ਅਸੀਂ ਜਾਣਾ ਨਹੀਂ ਹੈ। ਤੁਸੀਂ ਬਣੇ ਹੋਏ ਹੋ TVNRI ਦੇ ਨਾਲ ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਸਾਡੇ ਨਾਲ ਮੌਜੂਦ ਨੇ ਮੇਜਰ ਲੀਗ ਕਬੱਡੀ ਤੋਂ ਟੋਨੀ ਰੁੜਕਾ ਜੀ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਨੇ ਕਿ ਪੰਜਾਬ ਜਾਂ ਵਿਦੇਸ਼ਾਂ ਦੇ ਵਿੱਚ ਮੁੜ ਤੋਂ ਕਬੱਡੀਆਂ ਪੈਣ। ਰੁੜਕਾ ਜੀ, ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ। ਟੋਨੀ ਭਾਅ ਜੀ, ਕਾਫੀ ਸਮਾਂ ਹੋ ਗਿਆ ਉਸ ਤਰ੍ਹਾਂ ਦੀ ਕਬੱਡੀ ਨਹੀਂ ਹੋ ਰਹੀ, ਕਬੱਡੀ ਦੇ ਮੈਦਾਨਾਂ ਦੇ ਉੱਪਰ ਥੋੜ੍ਹੇ ਦਿਨ ਹੋ ਗਏ, ਵਿਰਲੇ ਵਿਰਲੇ ਮੁਕਾਬਲੇ ਹੋਣ ਲੱਗ ਪਏ ਨੇ, ਇੱਕ ਮੁਕਾਬਲਾ ਹੁੰਦਾ ਇੱਕ ਦਿਨ ਵਿੱਚ ਸ਼ਾਮ ਨੂੰ, ਪੂਰੀ ਤਰ੍ਹਾਂ ਲੈ ਅਤੇ ਹੁਣ ਜਿਹੜੀ ਕਬੱਡੀ ਆਵੇ ਉਹ ਕਿਸ ਤਰ੍ਹਾਂ ਅੱਗੇ ਦੇਖਦੇ ਹੋ ਭਵਿੱਖ ਕਬੱਡੀ ਦਾ? ਦੇਖੋ, ਭਵਿੱਖ ਸਭ ਤੋਂ ਪਹਿਲਾਂ ਤਾਂ ਜਿਹੜਾ ਪਿਛਲਾ ਆਪਣਾ ਸੀਜ਼ਨ ਆ ਲੰਘਿਆ ਅਤੇ ਆਪਣਾ ਸਭ ਤੋਂ ਵੱਡਾ ਮਸਲਾ ਆਪਣੀ ਹੋਣ ਦਾ ਖੜ੍ਹਾ ਹੋ ਗਿਆ, ਜਿਹੜਾ ਕਿਸਾਨੀ ਦੇ ਖਿਲਾਫ 3 ਬਿੱਲ ਸਰਕਾਰ ਲੈ ਕੇ ਆਈ ਅਤੇ ਉਹਨਾਂ ਖਿਲਾਫ਼ ਸਾਰੇ ਖੇਡ ਜਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ, ਆਪਣੀ ਖੇਡ ਤੱਕ ਨੂੰ ਛੱਡਿਆ ਅਤੇ ਉਸਦੇ ਨਾਲ ਨਾਲ ਸਰਕਾਰ ਨੇ ਵੀ ਟਾਈਮ ਗਾਹੇ ਵਗਾਹੇ ਕਰੋਨਾ ਦੇ ਨਾਂ ਦਾ ਫੈਲਾਇਆ ਅਤੇ ਚਲੋ ਕਰੋਨਾ ਬਿਮਾਰੀ ਹੈਗੀ ਵੀ ਆ ਪਰ ਉਸ ਹਿਸਾਬ ਨਾਲ ਉਹਨੂੰ ਪ੍ਰਚਾਰਿਆ ਗਿਆ ਕਿ ਜਿਹੜਾ ਸਾਰਾ ਸਿਸਟਮ ਹੀ ਠੱਪ ਕਰ ਦਿੱਤਾ ਗਿਆ ਅਤੇ ਸਰਕਾਰ ਨੂੰ ਕਿਤੇ ਨਾ ਕਿਤੇ ਆਪਣੀ ਸੁਵਿਧਾ ਦੇ ਤੌਰ 'ਤੇ ਇਸਤੇਮਾਲ ਏਡੀ ਵੱਡੀ ਤ੍ਰਾਸਦੀ ਨੂੰ ਉਸਨੇ ਕੀਤਾ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਹੁਣ ਫਿਊਚਰ ਵਿੱਚ ਜਿਹੜਾ ਸੀਜ਼ਨ ਆਉਣਾ ਆ ਅਤੇ ਆਪਾਂ ਕਰੋਨਾ ਮੁਕਤ ਹੋਈਏ, ਸਾਰਾ ਆਪਣਾ ਦੇਸ਼ ਕਰੋਨਾ ਮੁਕਤ ਹੋਵੇ ਅਤੇ ਆਪਾਂ ਚੰਗੀ ਜਿੱਦਾਂ ਅਪਰੋਚ ਲੈ ਕੇ ਮੇਜਰ ਲੀਗ ਦੇ ਮੈਚ ਸ਼ੁਰੂ ਕੀਤੇ, ਪਹਿਲਾ ਸੀਜ਼ਨ ਲੰਘਿਆ, ਡਰੱਗ ਤੋਂ ਰਹਿਤ ਕਬੱਡੀ ਕਰਨ ਲਈ ਬਹੁਤ ਵੱਡੇ ਉਪਰਾਲੇ ਕੀਤੇ, ਉਸੇ ਲੈ ਤੇ ਜਿਹੜਾ ਆਪਣਾ ਅਗਲਾ ਸੀਜ਼ਨ ਆ ਅਤੇ ਜਦੋਂ ਸਾਰਾ ਓਪਨ ਹੋ ਜਾਊਗਾ ਅਤੇ ਚੰਗੇ ਢੰਗ ਨਾਲ ਮੈਚ ਕਰਵਾਏ ਜਾਣਗੇ। ਇੱਕ ਪਾਸੇ ਇਹ ਕਿਸਾਨ ਅੰਦੋਲਨ ਆ, ਉਹਦੇ ਵਿੱਚ ਵੀ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਵੀ ਹੱਕਾਂ ਦੀ ਲੜਾਈ ਆ, ਜ਼ਮੀਨਾਂ ਦੀ ਲੜਾਈ ਆ, ਅਤੇ ਦੂਜੇ ਪਾਸੇ ਖੇਡ ਹੈ ਉਹਦਾ ਵੀ ਹੋਣਾ ਬਹੁਤ ਜ਼ਰੂਰੀ ਆ। ਇਹਨਾਂ ਦੋਹਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਮੈਨੇਜ ਤੁਸੀਂ ਕਿਸ ਤਰ੍ਹਾਂ ਕਰੋਗੇ, ਜਿਹੜੀਆਂ ਫੈਡਰੇਸ਼ਨਾਂ ਆ ਉਹ ਕਿਸ ਤਰ੍ਹਾਂ ਕਰੂੰਗੀਆਂ? ਕਿਉਂਕਿ ਪਹਿਲਾਂ ਤਾਂ ਫੈਡਰੇਸ਼ਨਾਂ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਅੰਦੋਲਨ ਚੱਲਦਾ ਪਿਆ ਕਿਸੇ ਵੀ ਪੱਧਰ 'ਤੇ ਅਸੀਂ ਕਬੱਡੀ ਨਹੀਂ ਕਰਵਾਵਾਂਗੇ, ਔਰ ਨਹੀਂ ਵੀ ਕਰਵਾਈ ਗਈ। ਪਰ ਲੰਬਾ ਸਮਾਂ ਦੇਖਿਆ ਜਾ ਰਿਹਾ ਕਿ ਅੰਦੋਲਨ ਲੰਬਾ ਸਮਾਂ ਜਾ ਸਕਦਾ ਅਤੇ ਖੇਡ ਮੈਨੂੰ ਖੇਡ ਆ ਜਿਹੜੀ ਉਸ ਨੂੰ ਵੀ ਇੰਨਾ ਲੰਬਾ ਸਮਾਂ ਨਹੀਂ ਰੋਕਿਆ ਜਾ ਸਕਦਾ। ਬਿਲਕੁਲ, ਤੁਹਾਡੀ ਸਹੀ ਗੱਲ ਹੈ ਇਹ, ਕਿਉਂਕਿ ਹੁਣ ਦੇਖੋ ਵੀ 7 ਮਹੀਨੇ 26 ਤਰੀਕ ਨੂੰ ਅੰਦੋਲਨ ਹੋ ਜਾਣੇ ਆ ਅਤੇ 7 ਮਹੀਨੇ ਆਪਾਂ ਸਾਰਿਆਂ ਨੂੰ ਉੱਥੇ ਆਪਣੀ ਹਿੱਸੇਦਾਰੀ ਪਾਉਂਦੇ ਨੂੰ ਹੋ ਗਿਆ ਅਤੇ ਹਰ ਇੱਕ ਨੇ, ਚਾਹੇ ਕੋਈ ਪੰਜਾਬੀ ਆ, ਚਾਹੇ ਕੋਈ ਖੇਡ ਨਾਲ ਜੁੜਿਆ, ਚਾਹੇ ਕੋਈ ਵਿਦੇਸ਼ਾਂ 'ਚ ਬੈਠਾ, ਤਨੋ ਮਨੋ ਧਨੋ ਅੰਦੋਲਨ ਨਾਲ ਜੁੜਿਓ ਆ। ਉਮੀਦ ਨਹੀਂ ਸੀ ਸਰਕਾਰ ਮਤਲਬ ਇੰਨੀ ਬੇਰੁਖੀ ਨਾਲ ਪੇਸ਼ ਆਵੇਗੀ, ਸਾਡੇ 500 ਦੇ ਗਰੀਬ ਸਾਡੇ ਜਿਹੜੇ ਸਾਥੀ ਉੱਥੇ ਸ਼ਹੀਦ ਹੋ ਚੁੱਕੇ ਆ ਅਤੇ ਸਰਕਾਰ ਨੇ ਕੋਈ ਹਾਹ ਦਾ ਨਾਰਾ ਤਾਂ ਉਹਨਾਂ ਲਈ ਕੀ ਮਾਰਨਾ, ਇਹਨੂੰ ਹੋਰ ਲੰਬਾ ਕਰ ਰਹੀ ਆ, ਹੋਰ ਲੰਬਾ ਕਰ ਰਹੀ ਆ ਤਾਂ ਕਿ ਹੌਲੀ 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 ਸਰਕਾਰ ਨੂੰ ਇਹ ਲੱਗਦਾ ਕਿ ਡਿਲੀਊਟ ਹੋ ਜਾਊਗਾ। ਪਰ ਸਰਕਾਰ ਦੇ ਭੁਲੇਖੇ ਆ, ਅੰਦੋਲਨ ਜਿਹੜਾ ਵੱਧ ਰਿਹਾ ਆ, ਸਾਰੇ ਦੇਸ਼ 'ਚ ਜਾ ਰਿਹਾ, ਇੰਟਰਨੈਸ਼ਨਲ ਲੈਵਲ 'ਤੇ ਜਾ ਰਿਹਾ ਆ, ਹੋਰਾਂ ਸੂਬਿਆਂ ਦੇ ਵਿੱਚ ਵੀ ਆਵਾਜ਼ਾਂ ਉੱਠ ਖੜੀਆਂ। ਤੋ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਕਿ ਇੱਕ ਬਹੁਤ ਵੱਡਾ ਇਹਦਾ ਇੰਪੈਕਟ, ਜਿਹੜਾ ਆਹ ਝੋਨਾ ਸੀਜ਼ਨ ਹੁਣ ਪੈਡੀ ਸੀਜ਼ਨ ਚੱਲ ਰਿਹਾ,
ਇਸ ਤੋਂ ਬਾਅਦ ਦੁਬਾਰਾ ਉਸੇ ਤਰ੍ਹਾਂ ਫਿਰ ਰੌਣਕਾਂ ਉੱਥੇ ਲੱਗਣੀਆਂ ਅਤੇ ਇਹਦਾ ਇੰਪੈਕਟ ਬਹੁਤ ਵੱਡਾ ਪੈਣਾ ਅਤੇ ਜਲਦੀ ਆਪਾਂ ਨੂੰ ਇਹਦੇ ਨਤੀਜੇ ਵੀ ਸਾਹਮਣੇ ਆਉਣਗੇ, ਬਿੱਲ ਰੱਦ ਹੋਣਗੇ ਅਤੇ ਜਿਹੜੇ ਆਪਣੇ ਸਾਰੇ ਤਪੱਸਿਆ ਉੱਥੇ ਆਪਣੀਆਂ ਕੁਰਬਾਨੀਆਂ ਆਪਾਂ ਇੰਨੇ ਭਰਾ ਆਪਣੇ ਗਵਾਏ ਅਤੇ ਉਹ ਸਾਰਿਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਉੱਥੇ ਫਲ ਮਿਲੂਗਾ ਅਤੇ ਇਹ ਬਿੱਲ ਰੱਦ ਹੋ ਕੇ ਅਤੇ ਇੱਕ ਜਿਹੜਾ ਪੰਜਾਬੀਆਂ ਦਾ ਖੁੱਸਿਆ ਜਿਹੜਾ ਮਹਾਨ ਆਪਣਾ ਮਾਣ ਸੀ ਅਲੱਗ ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਗਿਆ, ਕਦੀ ਨਸ਼ੇ ਦੇ ਨਾਲ ਲਾ ਲਓ, ਕਦੀ ਕਿਸੇ ਲਹਿਰ ਦੇ ਨਾਲ ਲਾ ਲਓ, ਕਿਸੇ ਨਾਲ ਲਾ ਲਓ, ਉਹ ਦੁਬਾਰਾ ਜਿਹੜਾ ਮਾਣ ਸਨਮਾਨ ਪੰਜਾਬੀਆਂ ਦਾ ਤਾਜ ਜਿਹੜਾ ਦੁਬਾਰਾ ਉਹਨਾਂ ਦੇ ਸਿਰ 'ਤੇ ਆਊਗਾ ਅਤੇ ਅੰਦੋਲਨ 'ਚ ਆਪਾਂ ਫਤਿਹ ਹਾਸਲ ਕਰਕੇ ਵਾਪਸ ਆਵਾਂਗੇ। ਆ ਜਿਸ ਤਰ੍ਹਾਂ ਕਿ ਦੇਖਿਆ ਗਿਆ ਕਿ ਕਬੱਡੀ ਹੋਵੇ ਜਾਂ ਹੌਕੀ ਹੋਵੇ ਜਾਂ ਦੂਸਰੀਆਂ ਜਿਹੜੀਆਂ ਖੇਡਾਂ ਹੋਣ, ਹਰ ਖੇਡ ਨਾਲ ਜੁੜੇ ਹੋਏ ਖਿਡਾਰੀਆਂ ਨੇ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਹਾਲਾਂਕਿ ਕਬੱਡੀ ਦਾ ਯੋਗਦਾਨ ਜ਼ਿਆਦਾ ਆ ਕਬੱਡੀ ਨਾਲ ਜੁੜੇ ਹੋਏ ਲੋਕਾਂ ਦਾ ਦੂਸਰੀਆਂ ਖੇਡਾਂ ਨਾਲੋਂ, ਪਰ ਦੂਸਰੀਆਂ ਖੇਡਾਂ ਨਾਲ ਜਿਹੜੇ ਜੁੜੇ ਲੋਕ ਆ ਉਹਨਾਂ ਨੇ ਵੀ ਜਿਹੜਾ ਪ੍ਰੋਪਰ ਯੋਗਦਾਨ ਪਾਇਆ, ਆਪਣੇ ਮੈਡਲ ਤੱਕ ਜਿਹੜੇ ਇਹ ਵਾਪਸ ਕਰ ਦਿੱਤੇ। ਹੁਣ ਤੁਸੀਂ ਕਿਹਾ ਕਿ ਇਹਨਾਂ ਕੁਰਬਾਨੀਆਂ ਦਾ ਜਿਹੜਾ ਮੁੱਲ ਪੈਂਦਾ ਵਾ ਉਹ ਦਿਖਾਈ ਦੇ ਰਿਹਾ, ਪਰ ਸਾਡੇ ਦੇਸ਼ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਖਿਡਾਰੀ ਨੇ ਜਿਨ੍ਹਾਂ ਨੇ ਇਹਦੇ ਲਿਹਾਜ਼ ਦਾ ਨਾਰਾ ਨਹੀਂ ਮਾਰਿਆ, ਜਿਨ੍ਹਾਂ ਨੇ ਸਰਕਾਰਾਂ ਦੀ ਗੱਲ ਕੀਤੀ, ਸਰਕਾਰਾਂ ਦੇ ਹੱਕ 'ਚ ਖੜੇ ਆ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੀ, ਅਤੇ ਆਪਾਂ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ, ਆਪਾਂ ਉਹਨਾਂ ਨੂੰ ਨਿੰਦਦੇ ਨਹੀਂ, ਉਹ ਬਹੁਤ ਉੱਚੇ ਲੈਵਲ ਦੇ ਉੱਪਰ ਉਹਨਾਂ ਨੇ ਖੇਡ ਦੇ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ, ਅਤੇ ਜਿਹੜਾ ਕਿਸਾਨ ਹੈ ਇਹਦੇ ਵਿੱਚੋਂ ਮਤਲਬ ਜਵਾਨ ਦੇਸ਼ ਦੀ ਰੱਖਿਆ ਵੀ ਕਰਦੇ ਹਾਂ ਅਤੇ ਆਪਾਂ ਖੇਤਾਂ ਲਈ ਵੀ ਕਰਦੇ, ਖਿਡਾਰੀ ਵੀ ਪੈਦਾ ਹੁੰਦੇ ਆ ਅਤੇ ਮਿੱਟੀ ਨਾਲ ਆਪਾਂ ਜੁੜੇ ਹਾਂ ਅਤੇ ਮਿੱਟੀ ਦਾ ਹੀ ਆਪਾਂ ਫਰਜ਼ ਅਦਾ ਕਰਦੇ ਹਾਂ। ਹੋ ਸਕਦਾ ਕਿ ਉਹ ਅੰਦਰ ਖਾਤੇ ਇਹਦੇ ਵਾਸਤੇ ਕੁਛ ਨਾ ਕੁਛ ਕਰਦੇ ਹੁਣ, ਕਈ ਆਪਾਂ ਕਿਸੇ ਦੀ ਇੰਡੀਵਿਜੁਅਲ ਆਪਾਂ ਕਿਸੇ ਲਈ ਕਹਿ ਨਹੀਂ ਸਕਦੇ, ਪਰ ਹਾਂ ਜੇਕਰ ਕੋਈ ਜਾਣ ਬੁੱਝ ਕੇ ਇਸ ਨੂੰ ਅੱਖੋਂ ਪਰੋਖੇ ਕਰ ਰਿਹਾ ਤਾਂ ਬਹੁਤ ਮੰਦਭਾਗੀ ਗੱਲ ਆ, ਫਿਰ ਆਪਾਂ ਕਿਤੇ ਨਾ ਕਿਤੇ ਜਿਹੜਾ ਆਪਣਾ ਵਜੂਦ ਆ ਆਪਾਂ ਉਹਨੂੰ ਆਪਾਂ ਅੱਖੋਂ ਪਰੋਖੇ ਕਰ ਰਹੇ ਹਾਂ। ਪਰ ਕਿਹਾ ਇਹ ਵੀ ਜਾਂਦਾ ਟੋਨੀ ਭਾਅ ਜੀ ਕਿ ਜੇ ਆਪਾਂ ਕਿਸੇ ਨੂੰ ਕੁਛ ਦੇ ਨਹੀਂ ਸਕਦੇ ਤਾਂ ਉੱਤੋਂ ਕੁਝ ਖੋਈ ਅੰਤ ਨਾ। ਹਾਂ ਬਿਲਕੁਲ, ਇਹ ਤਾਂ ਗੱਲ ਤੁਹਾਡੀ ਸਹੀ ਆ, ਪਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਨਾ ਜੀ ਵੀ ਹਰ ਇੱਕ ਦੇ ਅੰਦਰ ਜਿਗਰਾ ਨਹੀਂ ਹੁੰਦਾ, ਜਿਗਰੇ ਵੱਡੇ ਕਰਨੇ ਪੈਂਦੇ ਆ, ਜੇ ਲੜਾਈਆਂ ਲੜਨ ਜਾਣਾ ਪੈਂਦਾ ਤਾਂ ਪਿੱਛੇ ਘਰਦਿਆਂ ਨੂੰ ਦੱਸ ਕੇ ਜਾਣਾ ਪੈਂਦਾ ਵੀ ਆ ਵੀ ਸਕਦੇ ਅਤੇ ਨਹੀਂ ਵੀ, ਆਖਰੀ ਮੁਲਾਕਾਤ ਵੀ ਹੋ ਸਕਦੀ ਆ। ਹਰ ਇੱਕ ਦੇ ਵਿੱਚ ਉਹ ਮਾਦਾ ਨਹੀਂ ਹੁੰਦਾ, ਹਰ ਵਿੱਚ ਜਿਗਰਾ ਨਹੀਂ ਹੁੰਦਾ, ਹਰ ਫੌਜੀ ਨਹੀਂ ਬੰਦਾ ਬਣ ਸਕਦਾ, ਹਰ ਬੰਦਾ ਖਿਡਾਰੀ ਨਹੀਂ ਬਣ ਸਕਦਾ, ਅਤੇ ਵੱਡੀ ਗੱਲ ਸਭ ਤੋਂ ਹਰ ਇੱਕ ਬੰਦਾ ਇਨਸਾਨ ਨਹੀਂ ਬਣ ਸਕਦਾ, ਜਿਹੜਾ ਬੰਦਾ ਚੰਗਾ ਇਨਸਾਨ ਹੈ ਨਾ ਉਹ ਇਸ ਚੀਜ਼ ਤੋਂ ਪਰੇ ਨਹੀਂ ਹੋ ਸਕਦਾ। ਸੋ ਆਪਾਂ ਉਹਨਾਂ ਲਈ ਵੀ ਦੁਆਈ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਜਿਹੜਾ ਇਹ ਦੇਸ਼ ਦਾ ਇੱਕ ਆਪਾਂ ਅੰਦੋਲਨ ਕਹਿ ਸਕਦੇ ਹਾਂ ਇਹਦੀ ਜਿਹੜੀ ਭਾਵਨਾ ਉਹਦੇ ਨਾਲ ਜੋੜੇ, ਜਿੰਨਾ ਕੋਈ ਆਪਣਾ ਆਪਾਂ ਉਹਦੇ ਯੋਗਦਾਨ ਪਾ ਸਕਦੇ ਉਹ ਵੀ ਸਾਰੇ ਪਾਉਣ ਅਤੇ ਰਲ ਮਿਲ ਕੇ ਆਪਾਂ ਇਹਨੂੰ ਫਤਿਹ ਵੱਲ ਨੂੰ ਲੈ ਕੇ ਜਾਈਏ। ਟੋਨੀ ਭਾਅ ਜੀ ਅਹਿਮ ਮੋੜ 'ਤੇ ਆ ਅੰਦੋਲਨ, ਉਹ ਦੇਸ਼ ਦੀ ਰਾਜਨੀਤੀ ਵੀ ਅਹਿਮ ਮੋੜ 'ਤੇ ਆ। ਕਿਸਾਨਾਂ ਨੇ ਬੰਗਾਲ ਦੇ ਵਿੱਚ ਜਾ ਕੇ BJP ਦਾ ਵਿਰੋਧ ਕੀਤਾ ਤਾਂ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ। ਅਗਲੇ ਸਾਲ ਪੰਜਾਬ ਸਮੇਤ 5 ਸੂਬਿਆਂ 'ਚ ਇਲੈਕਸ਼ਨਾਂ ਹੋਣੀਆਂ, ਪੰਜਾਬ ਬਹੁਤ ਅਹਿਮ ਹੈ ਅਤੇ ਉੱਤਰ ਪ੍ਰਦੇਸ਼ ਉਹਦੇ ਤੋਂ ਵੀ ਅਹਿਮ ਹੈ ਕਿਉਂਕਿ ਸਭ ਤੋਂ ਵੱਡਾ ਸੂਬਾ ਦੇਸ਼ ਦਾ। ਉੱਤਰਾਂਚਲ 'ਚ ਵੀ ਨਾਲ ਚੋਣਾਂ ਹੋਣੀਆਂ ਅਤੇ ਇੱਕ ਦੱਖਣੀ ਸੂਬਿਆਂ 'ਚ ਵੀ ਹੋਣੀਆਂ। ਅੰਦੋਲਨ ਉਹਦੇ ਨਾਲ ਰਾਜਨੀਤਿਕ ਅਹਿਮ ਮੁੱਦਾ, ਔਰ ਪੰਜਾਬ ਦੇ ਵਿੱਚ ਇਲੈਕਸ਼ਨ ਕਿਉਂਕਿ ਪੰਜਾਬ ਦਾ ਵੱਡਾ ਯੋਗਦਾਨ ਹੈ, UP ਦੇ ਵਿੱਚ ਇਲੈਕਸ਼ਨ UP ਦਾ ਵੱਡਾ ਯੋਗਦਾਨ ਆ, ਇਹ ਸਾਰੇ ਪਹਿਲੂ ਜਿਹੜੇ ਹੈਗੇ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਔਰ ਨਾਲ ਹੀ ਸਵਾਲ ਕਿ ਪੰਜਾਬ ਦੇ ਕਈ ਕਬੱਡੀ ਖਿਡਾਰੀ ਹੁਣ ਰਾਜਨੀਤਿਕ ਪਾਸੇ ਨੂੰ ਮੁੜ ਗਏ ਨੇ, ਰਾਜਨੀਤੀ 'ਚ ਉਹ ਆਪਣੇ ਆਪ ਨੂੰ ਜਿਹੜਾ ਦੇਖਣਾ ਚਾਹੁੰਦੇ ਨੇ, ਰਾਜਨੀਤਿਕ ਪਾਰੀ ਖੇਡਣਾ ਚਾਹੁੰਦੇ ਨੇ? ਇਹ ਹਰ ਇੱਕ ਦਾ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਨਿੱਜੀ ਅਤੇ ਸੰਵਿਧਾਨਕ ਅਧਿਕਾਰ ਆ, ਕੋਈ ਵੀ ਬੰਦਾ ਰਾਜਨੀਤੀ ਜਾ ਸਕਦਾ ਅਤੇ ਹਰ ਇੱਕ ਨੂੰ ਖੋਲ੍ਹਿਆ, ਚੰਗੇ ਬੰਦੇ ਆਉਣੇ ਵੀ ਚਾਹੀਦੇ ਆ ਅਤੇ ਜੇ ਫਿਰ ਚੇਂਜ ਨਹੀਂ ਆਊਗੀ ਤਾਂ ਸਮਾਜ ਕਿੱਦਾਂ ਬਦਲੂਗਾ? ਅਤੇ ਸਾਡੀਆਂ ਉਹਨਾਂ ਸਾਰਿਆਂ ਲਈ ਸ਼ੁਭਕਾਮਨਾਵਾਂ ਆ, ਪਰ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਜ਼ਰੂਰ ਕਹਿ ਸਕਦਾ ਵੀ ਇੱਕ ਸੰਸਥਾ ਦੇ ਨਾਤੇ ਵੀ ਸਾਡਾ ਕਿਸੇ ਵੀ ਮਤਲਬ ਰਾਜਨੀਤਿਕ ਪਾਰਟੀ ਜਾਂ ਧਿਰ ਨਾਲ ਕੋਈ ਸਾਡਾ ਸਮਝੌਤਾ ਨਹੀਂ ਹੈ, ਨਾ ਕੋਈ ਅਸੀਂ ਕਿਸੇ ਨੂੰ ਇੰਡੋਰਸ ਕਰਦੇ ਹਾਂ। ਹਾਂ ਜੇਕਰ ਸਾਡੇ ਭਾਈ ਭਰਾ ਇਸ ਲਾਈਨ ਦੇ ਵਿੱਚ ਜਾਂਦੇ ਆ ਤਾਂ ਅਸੀਂ ਆਪਣੇ ਭਾਈਚਾਰਕ ਤੌਰ 'ਤੇ ਅਸੀਂ ਨਿੱਜੀ ਤੌਰ 'ਤੇ ਉਹਨਾਂ ਸਾਰਿਆਂ ਦੇ ਨਾਲ ਆ, ਇੱਕ ਖੇਡ ਆਪਣਾ ਕਹਿੰਦੇ ਖੇਡ ਸੱਭਿਆਚਾਰ ਦੇ ਨਾਤੇ, ਪਰ ਇੱਕ ਸੰਸਥਾ ਤੌਰ 'ਤੇ ਸਾਡਾ ਮਤਲਬ ਇਸ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਹਾਂ ਜੇਕਰ ਸਾਡੇ ਭਾਈ ਭਰਾ ਜਾਂਦੇ ਆ ਤਾਂ ਅਸੀਂ ਗੁੱਡ ਵਿਸ਼ਿਜ਼ ਆਪਣੇ ਦਿੰਦੇ ਹਾਂ ਉਹਨਾਂ ਨੂੰ, ਚੰਗਾ ਕਰਨ, ਉਹ ਫਿਰ ਬਦਲਾਅ ਆਊਗਾ ਜੀ। ਚੋਣਾਂ ਅਤੇ ਕਿਸਾਨ ਅੰਦੋਲਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਚੋਣਾਂ ਆਉਣ ਦਾ ਜਿਹੜਾ ਡਰ ਆ ਉਹ ਸਰਕਾਰ ਨੂੰ ਮਜਬੂਰ ਕਰ ਸਕਦਾ ਕਿ ਕਿਸਾਨਾਂ ਦੀ ਗੱਲ ਸੁਣੇ? ਚੋਣਾਂ ਹੀ ਤਾਂ ਪੈਮਾਨਾ ਹੁੰਦੀਆਂ ਜੀ, ਸਰਕਾਰਾਂ ਕਿਹੜੀ ਗੱਲੋਂ ਡਰਦੀਆਂ? ਸਰਕਾਰਾਂ ਆਪਣੀ ਕੁਰਸੀ ਜਾਣ ਤੋਂ ਡਰਦੀਆਂ, ਸਰਕਾਰਾਂ ਨੂੰ ਹੋਰ ਨਾ ਲੋਕਾਂ ਦਾ ਉਹਨਾਂ ਨੂੰ ਕਿਸੇ ਡਰ ਆ, ਜਦੋਂ ਇਹਨਾਂ ਨੂੰ ਦਿਸਦਾ ਕਿ ਸਾਡੀ ਸੱਤਾ ਖੁੱਸ ਜਾਣੀ ਆ ਨਾ ਉਸ ਟਾਈਮ ਸਰਕਾਰਾਂ ਆਪਣੇ ਫੈਸਲੇ ਬਦਲਦੀਆਂ। ਪਿੱਛੇ ਹੁਣ ਬੰਗਾਲ 'ਚ ਹੋਇਆ, ਹੁਣ ਜਿੱਦਾਂ ਤੁਸੀਂ ਦੱਸਿਆ ਆਉਣ ਵਾਲੇ ਸਮੇਂ ਵਿੱਚ ਚੋਣਾਂ ਆ ਰਹੀਆਂ,
इस टाइम यूपी इलैक्शन जी पंचायती इलैक्शन आ तो वो उत्ते सेंट्रल गवर्नमेंट का पूरा ध्यान आ तो यू पछमी यूपी पूरी तरह जी अपने अंदोलन के नाल आ तो इस गल तो भली भांति जाणू आ तो वो सरकार जिहड़ा हर हथ कंडे अपना रही है अंदोलन नूं मलीन करन दे लई अंदोलन नूं खत्म करन लई बजाए इस दे जे सरकार सुहिरद ढंग दे नाल साडे जिहड़े किसान भरा उत्थे उहनां नूं पेश आवे उहनां दी जायज़ मंगां आ मन्ने वड्डा दिल दिखावे सरकार असीं अपनी सरकार कोई मंग रहे हैं किसी दूजे मुल्क दे कोल तां असीं जाणा नहीं है उत्थे धरना लगा धरना लाउणा साडा संविधानक अधिकार आ ते अपने नागरिकां दा पक्ष सुणे उहनां नूं घर भेजे अपन वोटा लड़े क्यों जिन्हें राजनीति करनी राजनीति करनी असं खेडना साडा काम खेडना जी तो पर अपने वास्ते एक चंगी लाइन स्थापित करके जान ता कि जेडे आने वाली नस्ल कहन हाँ वो सरकार आई सी इदा अंदोलन है चलो वड्डे दिल ना फिर इन्ना कुछ होने के बावजूद अजे भी मन जान तो वो भी चंगी गल आ देश लिए चंगी गल आ जी हूँ देश की जी डी पी का हाल देख लो इन सरकार दीतियों के कारण किन्ने घाटे च मुल्क चल गया बहरले देशों तो तुम देख लो भी हम अपने मुल्क की जिहड़ी रैंकिंग है वह कित्थे चल गई है तो हुण अपने आल ओवर दी वर्ल्ड जो रैपूटेशन कंट्री का बन रहा है वह कोई बहुत चंगा नहीं है असीं एक देशवासी होने के नाते महसूस कर रहे हैं भी गलत हो रहा है भी कितना कितने सरकार नूं अपना आप पछाणना पैना तो देश का इस तरह मतलब हाल नहीं कर सकते। कबड्डी के एक वड्डे खिडारी ने लाइव हो के कहा कि हुण समा हैगा सानू इकट्ठे हो जाना चाहिए नहीं तो जे चोणां लंघ गईआं जिहड़ियां विधानसभा दीआं होणीआं तां मुड़ के फिर सानू पंज साल पछताउणा पैणा सानू राजनीतिक तौर ते वी खिडारियां नूं कोई फैसला लैणा चाहीदा कि असीं किस पासे जाणा असीं किस तरह दा जिहड़े अगे जिहड़े अपने सरकार आ उह किस तरह दी सरकार बनाउणी आ हुणे सानू इकट्ठे होणा चाहीदा और एक प्लैनिंग करनी चाहीदी एक मंच ते आउणा चाहीदा नहीं तां फिर जे असीं हुण खुस के छे महीनिआं च कुछ नहीं कीता तां फिर असीं पछतावांगे फिर पंज साल। हाँ जी गल इह आ जी वी जिदा हम ये एक राजनीतिक एंगल आ ये जिदा आप कहने भी चेंज राजनीति राही ही आँदी है समाज के हूँ जेकर किसी का किसी कोई चंगा लगता किसी कोई चंगा लगता वो इंडिविजुअल चॉइस आ उस जो आप कही भी इकट्ठा होकर एक फ्रंट बना के किसी समर्थन करिए एक संस्था के नाते मतलब ये चीज़ संभव नहीं है ये संस्था किसी राजनीतिक पार्टी ने कोई जोड़ नहीं सकती। हाँ साढ़े कोई भरा अपने निजी तौर पर साडा खेड भाईचारा असीं उहनूं समर्थन करदे हां असीं अपने निजी तौर पर उस भरा दे नाल खड़े हां पर जे कोई एक संस्था के तौर पर आपां सारा इकट्ठा करके एक किसी एक ग्रुप नाल तुर पईए अज की पता जिस ग्रुप नाल आपां तुरना उहने कल नूं की करना ठीक है कि नहीं ये आपो अपनी चॉइस है चंगे बंदियां नूं मिलो चंगियां कोल जाओ तो खेड सभ्याचार के नाते साढ़े जिन्ने प्लेयर आ सारे उहदे नाल उस बंदे दे होणगे पर उहनां दा इंडिविजुअल होगा जे कोई किसी संस्था नूं किसी भी आप मतलब एंडोरस नहीं किसी सियासी पार्टी कर सकते ये मुद्दा आ भी ये बहुत गंभीर मुद्दा आते आने वाले समय लिए एक चंकी पहल भी आप इस गल च दम देखते हो कि छे महीने रह गए जो असी हूँ कोई चंगा फैसला ना लिया तो फिर पांच साल पछता पैना पांच साल पछता वाली गल नहीं मैं ये कहूँगा मैं ये कहना भी चंगे बंदे जोड़े आने अगे आने चाहिए आ वो चाहे किसी भी धर के हो आप तय नहीं कर सकते भी इस धर ने ही भला करना इस धर ने नहीं करना चंगे बंदियां दे मगर जाओ चंगे बंदियां नाल अपने संबंध रखो चंगे बंदियां नाल बहनी उठनी करो जो चंगे बंदे समाज चंगे होणगे पार्टियां कोई माड़ियां नहीं होंदियां हर एक पार्टी की चंगी आइडियोलॉजी आ लोड़ की आ उहदे विच चंगे बंदे इंप्लांट होण दी तुहानूं जिहड़ी सूटेबल आ तुसीं उह च जाओ जिहड़ा आप तुहाडा खेड भाईचारा आ उह जिहड़ा तुहाडे नाल आ निजी तौर पर जाणगे संस्थागत तौर पर कोई भी संस्था एंडोरस नहीं कर सकती सो ये साड़ी उन्होंने गुड विशेज आ जाना चाहिए तो ये मेरा परसनल व्यू है जाना चाहिए तो चंगे बंदे देख के जाओ इस चीज़ की गरंटी लैके आप नहीं जा सकते भी ऐ नहीं भला करना ऐ नहीं बुरा करना उस कितने ना कि अपनी निजी सोच रल जाती है सो इन्ना आ भी चंकी पहल आ जो भरा कर सब तो पहल आप खेड ली कट्ठे होइए खेड की तरक्की करिए तो उस तो बाद जो अपना घर तकड़ा होगा तो जिन्हें यह आप कह सकते सियासी गलबात सारे ने अपने को आना ही आना तो वो किसी खास व्यक्ति या खास पार्टी आप नहीं कह सकते भी आप रलना इन्नी मेरी सोच है जी। बहुत बहुत धन्यवाद तो टोनी रुड़का जी ने मेजर कबड्डी लीग तो इन का चोखा जोड़ा योगदान आ किसानी अंदोलन के ये समय समय से जी अपनी सहायता आ किसानी अंदोलन के भेजते रहेंगे ने
खुद भी जाते हैं तो जी संस्था है इन्हों की उन्होंने वालों व्डे उपराले किए गए हैं किसानी अंदोलन के मेजर लीग कबड्डी आ तो इन्होंने उम्मीद की है कि आँदे समय के मुड़ तो जिहड़ियां ग्राउंडा उस तरह जिहड़ियां हरियां भड़ियां दिखाई देणगियां तो उस तरह जिहड़े मुड़ कबड्डियां ग्राउंडा विच पैंदियां दिखाई देणगियां जिस नूं लैके मेजर लीग कबड्डी है वह पूरी तरह तैयार है। कैमरामैन जसविंदर सिंह दे नाल इंदरजीत सिंह चाल NRI मीडिया जलंधर।